हाँ जी सत श्री अकाल जी सारयां नूं। अज आपां फेमस कॉमेडी एक्टर ते पॉलिटिशियन भगवंत मान दे जीवन बारे गल करांगे जो कि आम आदमी पार्टी पंजाब दे सीएम चेहरे लई विधानसभा चोणां लड़नगे। अज दी इस वीडियो विच आपां उहनां दे जीवन स्ट्रगल प्रॉपर्टी एक्टिंग ते पॉलिटिशियन कैरियर बारे गल करांगे ते नाल ही उहनां दी वाइफ नाल होए डिवोर्स बारे भी गल करांगे। सो वीडियो नाल एंड तक जुड़े रहो। सो सब तों पहलां जे उहनां दे कॉमेडी कैरियर बारे गल करिए तां उहनां ने जगतार जग्गी दे नाल टीवी शो जुगनू कहिंदा ए नाल शुरुआत कीती, पर जिस एलबम दे नाल उन्हां दा कॉमेडी दे विच ना बनिया उस कैसेट दा नां सी कुल्फी गर्मा गर्म जो कि सन 1993 च आई सी। उन्हां ने इस एलबम विच पुलिस पॉलिटिशियन ते व्यापारियां ते बहुत हवा लाया सी। भगवंत मान दी कॉमेडी च वी कुछ गल्लां अजिहियां हुंदियां सी जिन्हां विचों पंजाब दी जनता दा दर्द झलकदा सी। सो किते ना किते उह पंजाब दे गंदे सिस्टम तों परेशान सी, लोकां दा भला करना चाहुंदे सी, तां ही उन्हां ने कॉमेडी छड्ड के पॉलिटिक्स च आउण दा फैसला लिया। इस तों इलावा भगवंत मान कई पंजाबी फिल्मां च वी काम कर चुके ने। उन्होंने साल 1994 विच पंजाबी फिल्म कचहरी नाल डेब्यू किया सी। ओह तकरीबन 24-25 दे करीब कॉमेडी कैस्टां कर चुके ने जिदा कि जुगनू हाजर है, कि मैं झूठ बोलिया, भगवंत मान हाजिर हो, लल्लू करे कवलियां, गुस्ताखी माफ, खरियां खरियां, पंज दुनी वी, जागदे रहो ते बोर मदारी बोल तों इलावा होर भी कई कैसटां उन्होंने कीतियां। जे उन्हां दे पॉलिटिक्स कैरियर बारे गल करिए तां सब तों पहलां उन्होंने साल 2011 च मनप्रीत सिंह बादल दी पार्टी पीपल्स पार्टी ऑफ पंजाब ज्वाइन कीती। मान साहब ने साल 2012 दे विच लहरा गागा तों पंजाब विधानसभा चोणां लड़ियां। इह चोणां उन्होंने सीनियर कांग्रसी आगू रजिंदर कौर पठल विरुद्ध लड़ियां सी ते उन्हां नूं हार दा सामना करना पिया सी। उस तों बाद उन्होंने साल 2014 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਸੰਗਰੂਰ ਤੋਂ ਅਕਾਲੀ ਆਗੂ ਸੁਖਦੇਵ ਸਿੰਘ ਢਿੰਡਸਾ ਦੇ ਖਿਲਾਫ ਲੋਕ ਸਭਾ ਚੋਣਾਂ ਲੜੀਆਂ। ਉਹਨਾਂ ਨੇ ਸੁਖਦੇਵ ਸਿੰਘ ਢਿੰਡਸਾ ਨੂੰ 2 ਲੱਖ ਤੋਂ ਵੱਧ ਵੋਟਾਂ ਦਾ ਫਰਕ ਪਾ ਕੇ ਨਾਲੇ ਦਾ ਜਿੱਤ ਹਾਸਲ ਕੀਤੀ, ਨਾਲੇ ਰਿਕਾਰਡ ਵੀ ਬਣਾਇਆ। ਇਹ ਉਹਨਾਂ ਦੀ ਪਹਿਲੀ ਤੇ ਵੱਡੀ ਜਿੱਤ ਸੀ। ਭਗਵੰਤ ਮਾਨ ਪੰਜਾਬ ਦੇ ਇੱਕੋ ਇੱਕ ਅਜਿਹੇ ਐਮਪੀ ਨੇ ਜਿਨ੍ਹਾਂ ਨੇ ਪਾਰਲੀਮੈਂਟ 'ਚ ਪੰਜਾਬ ਦੇ ਗੰਭੀਰ ਮੁੱਦਿਆਂ ਦੀ ਆਵਾਜ਼ ਉਠਾਈ, ਚਾਹੇ ਉਹ ਬੇਰੁਜ਼ਗਾਰੀ ਦੀ ਗੱਲ ਹੋਵੇ, ਕਿਸਾਨਾਂ ਦੀ ਖੁਦਕੁਸ਼ੀ ਜਾਂ ਨੌਜਵਾਨਾਂ 'ਚ ਵੱਧ ਰਹੀ ਨਸ਼ੇ ਦੀ ਗੱਲ ਹੋਵੇ। ਸਾਲ 2017 'ਚ ਉਹ ਜਲਾਲਾਬਾਦ ਤੋਂ ਸੁਖਵੀਰ ਬਾਦਲ ਖਿਲਾਫ ਵਿਧਾਨ ਸਭਾ ਚੋਣਾਂ 'ਚ ਹਾਰ ਗਏ ਸੀ। ਸਾਲ 2017 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਉਹਨਾਂ ਉੱਤੇ ਦੋਸ਼ ਲਗਾਏ ਗਏ ਕਿ ਉਹ ਸ਼ਰਾਬ ਪੀ ਕੇ ਪਾਰਲੀਮੈਂਟ 'ਚ ਬੋਲਦੇ ਨੇ। ਇਸ ਵਿਵਾਦ ਨੂੰ ਠੰਡਾ ਕਰਨ ਲਈ ਸਾਲ 2019 'ਚ ਬਰਨਾਲਾ ਵਿਖੇ ਇੱਕ ਰੈਲੀ ਕੀਤੀ ਗਈ ਜਿੱਥੇ ਉਹਨਾਂ ਨੇ ਸਹੁੰ ਚੁੱਕੀ ਕਿ ਮੈਂ ਦੁਬਾਰਾ ਸ਼ਰਾਬ ਨੂੰ ਹੱਥ ਨਹੀਂ ਲਾਵਾਂਗਾ। ਸੋ ਕਿਤੇ ਨਾ ਕਿਤੇ ਉਹ ਸ਼ਰਾਬ ਪੀਣ ਦੇ ਵੀ ਬਹੁਤ ਆਦੀ ਸੀ। ਉਸ ਤੋਂ ਬਾਅਦ ਸਾਲ 2019 'ਚ ਉਹਨਾਂ ਨੇ ਦੁਬਾਰਾ ਫੇਰ ਸੰਗਰੂਰ ਤੋਂ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕੀਤੀ। ਸੋ ਇੱਦਾਂ ਉਹ 2 ਵਾਰ ਐਮਪੀ ਬਣ ਚੁੱਕੇ ਨੇ ਤੇ ਉਹ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਤੇ ਉਹਨਾਂ ਨੂੰ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਵਜੋਂ ਚੁਣਿਆ ਗਿਆ ਹੈ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਜਨਤਾ ਨੇ ਮੁੱਖ ਮੰਤਰੀ ਚੁਣਿਆ ਹੈ ਕਿਉਂਕਿ ਇੱਕ ਫੋਨ ਕਾਲ ਰਾਹੀਂ ਜਨਤਾ ਦੀ ਰਾਏ ਲਈ ਗਈ ਸੀ। ਪੰਜਾਬ ਦੇ 21 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਆਪਣੀ ਰਾਏ ਦਿੱਤੀ ਜਿਸ ਵਿੱਚੋਂ 93% ਲੋਕਾਂ ਨੇ ਭਗਵੰਤ ਮਾਨ ਨੂੰ ਸੀਐਮ ਬਣਾਉਣ ਬਾਰੇ ਫੀਡਬੈਕ ਦਿੱਤਾ। ਹੁਣ ਜੇ ਭਗਵੰਤ ਮਾਨ ਦੇ ਜਨਮ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਜਨਮ 17 ਅਕਤੂਬਰ 1973 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਸਤੋਜ ਵਿੱਚ ਮਾਤਾ ਹਰਪਾਲ ਕੌਰ ਤੇ ਪਿਤਾ ਮਹਿੰਦਰ ਸਿੰਘ ਦੇ ਘਰ ਹੋਇਆ। ਪਰਿਵਾਰ ਵਿੱਚ ਉਹਨਾਂ ਦੀ ਇੱਕ ਭੈਣ ਵੀ ਹੈ ਜਿਸ ਦਾ ਨਾਮ ਮਨਪ੍ਰੀਤ ਕੌਰ ਹੈ। ਭਗਵੰਤ ਮਾਨ ਨੇ ਆਪਣੀ ਕਾਲਜ ਦੀ ਪੜ੍ਹਾਈ ਕਰਨ ਲਈ ਸ਼ਹੀਦ ਉਧਮ ਸਿੰਘ ਕਾਲਜ ਸੁਨਾਮ 'ਚ ਦਾਖਲਾ ਲਿਆ, ਪਰ ਉਹਨਾਂ ਨੇ ਆਪਣੇ ਐਕਟਿੰਗ ਕੈਰੀਅਰ ਕਰਕੇ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਸੀ। ਸੋ ਹੁਣ ਜੇ ਉਹਨਾਂ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ ਸੀ ਤੇ ਉਹਨਾਂ ਦੇ ਘਰ ਇੱਕ ਬੇਟਾ ਤੇ ਇੱਕ ਬੇਟੀ ਨੇ ਜਨਮ ਲਿਆ, ਪਰ ਘਰੇਲੂ ਪ੍ਰੋਬਲਮਾਂ ਦੇ ਕਾਰਨ ਭਗਵੰਤ ਮਾਨ ਦਾ ਇੰਦਰਪ੍ਰੀਤ ਕੌਰ ਨਾਲ ਤਲਾਕ ਹੋ ਗਿਆ ਤੇ ਤਲਾਕ ਤੋਂ ਬਾਅਦ ਉਹ ਆਪਣੇ ਬੱਚਿਆਂ ਦੇ ਨਾਲ ਅਮਰੀਕਾ ਜਾ ਕੇ ਰਹਿਣ ਲੱਗੀ। ਭਗਵੰਤ ਮਾਨ ਪੋਲਿਟਿਕਸ ਕੈਰੀਅਰ ਕਰਕੇ ਫੈਮਿਲੀ ਨੂੰ ਟਾਈਮ ਨਹੀਂ ਦੇ ਪਾਉਂਦੇ ਸੀ ਤੇ ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਦੇ ਵੀ ਆਦੀ ਸੀ। ਸੋ ਇਹ ਦੋਵੇਂ ਕਾਰਨ ਉਹਨਾਂ ਦੇ ਤਲਾਕ ਦਾ ਕਾਰਨ ਬਣੇ। ਜੇ ਉਹਨਾਂ ਦੀ ਪ੍ਰਾਪਰਟੀ ਬਾਰੇ ਗੱਲ ਕਰੀਏ ਤਾਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਜੋ ਉਹਨਾਂ ਨੇ ਹਲਫਨਾਮਾ ਬਿਆਨ ਦਿੱਤਾ ਸੀ, ਐਫੀਡੈਵਿਟ ਦਿੱਤਾ ਸੀ, ਉਸ ਅਨੁਸਾਰ ਉਹਨਾਂ ਕੋਲ ਕੁੱਲ ਚੱਲ ਤੇ ਅਚੱਲ ਜਾਇਦਾਦ 1,64,27,274 ਰੁਪਏ ਦੱਸੀ ਗਈ ਸੀ, ਜਿਸ ਦੇ ਵਿੱਚੋਂ ਉਹਨਾਂ ਕੋਲ 25,000 ਰੁਪਏ ਕੈਸ਼ ਸੀ, ਜਦਕਿ 6 ਬੈਂਕ ਖਾਤਿਆਂ ਦੇ ਵਿੱਚ 7,94,698 ਰੁਪਏ ਜਮ੍ਹਾਂ ਕੀਤੇ ਹੋਏ ਸੀ। ਉਹਨਾਂ ਦੇ ਕੋਲ 2 ਲਗਜ਼ਰੀ ਕਾਰਾਂ ਵੀ ਸੀ ਜਿਨ੍ਹਾਂ ਵਿੱਚੋਂ ਫੋਰਚੂਨਰ ਕਾਰ ਦੀ ਕੀਮਤ 11,87,573 ਰੁਪਏ ਤੇ ਕਰੂਜ਼ ਕਾਰ ਦੀ ਕੀਮਤ 8,50,000 ਰੁਪਏ ਦੱਸੀ ਗਈ ਸੀ। ਇਸ ਦੇ ਇਲਾਵਾ ਉਹਨਾਂ ਕੋਲ 3 ਲੱਖ ਰੁਪਏ ਦਾ ਸੋਨਾ ਤੇ 6,50,000 ਦਾ ਘਰੇਲੂ ਸਮਾਨ ਵੀ ਦੱਸਿਆ ਗਿਆ ਸੀ। ਉਹਨਾਂ ਦੇ ਕੋਲ 20,000 ਦੀ ਗੰਨ ਵੀ ਦੱਸੀ ਗਈ ਸੀ ਤੇ ਨਾਲ ਹੀ ਉਹਨਾਂ ਦੇ ਕੋਲ 75 ਲੱਖ ਦੀ ਖੇਤੀਯੋਗ ਜ਼ਮੀਨ ਤੇ 51 ਲੱਖ ਦੀਆਂ 3 ਇਮਾਰਤਾਂ ਵੀ ਇਸ ਹਲਫਨਾਮੇ 'ਚ ਦੱਸੀਆਂ ਗਈਆਂ ਸੀ। ਸੋ ਉਹਨਾਂ ਦੇ ਕੋਲ ਸਭ ਕੁਝ ਮਿਲਾ ਕੇ 1,26,00,000 ਦੀ ਅਚੱਲ ਜਾਇਦਾਦ ਦੱਸੀ ਗਈ ਸੀ। ਪਤਨੀ ਦੇ ਨਾਲ ਤਲਾਕ ਤੋਂ ਬਾਅਦ ਇਹ ਸਾਰੀ ਜਾਇਦਾਦ
भगवंत मान के नाम से ही है। सो यह मशहूर पंजाबी एक्टर पॉलिटिशियन भगवंत मान की बायोग्राफी की तुसी भी भगवंत मान के सीएम बनन के हक के कमेंट बॉक्स में अपनी राय जरूर दिओ। जे वीडियो वधिया लगी तो वीडियो को वध तो वध शेयर से लाइक जरूर कर दिओ ते नाल ही इक्सी देसी चैनल सबसक्राइब जरूर कर लियो। तो फिर हुण मिलदे आ किसी होर वीडियो के नाल, उदों तक रब रखा।